चार पांच मुंडे जिहड़े उत्थे ड्यूटी दे सी उन्हां ने मारता उहनूं। अज तो दो तीन महीने पहला थोड़ी थोड़ी गल करदा सीगा, कहिंदा मैनूं परेशान करदे ने राणी, मैनूं परेशान करदे ने। असीं कहा वी चल कोई गल नहीं, थोड़ी मोटी गल तां हुंदी रहिंदी है कि आम जुंटां च। सानूं फोन मेरे पोते नूं, मैं तां गुरुद्वारा साहिब गया होया सी तड़के 6 बजे, अरदास करा रहा सी उहदे नां ते। जद उहनूं फोन आया वी उहदी डे ओह हो गया, अटैक हो गया, उहनां ने इह गल कही आ। ਪਰ ਹੁਣ ਤਾਂ ਪਰਸੋਂ ਚੌਥੇ ਉਹਨੇ ਸੁਸਾਈਡ ਵੋਇਸ ਮੈਸੇਜ ਕਰਕੇ ਉਹਨੇ ਭੇਜਤਾ ਸੀ, ਕਹਿੰਦਾ ਇਹਨਾਂ ਨੂੰ ਛੱਡਿਓ ਨਾ, ਕਹਿੰਦਾ ਇਹਨਾਂ ਨੇ ਮੈਨੂੰ ਪਰਸੋਂ ਫੋਨ ਕਰਿਆ, ਕਹਿੰਦਾ ਰਾਣੀ ਤੜਕੇ ਉੱਠ ਕੇ, ਕਹਿੰਦਾ ਰਾਣੀ ਮਗਰ ਰਾਤ, ਕਹਿੰਦਾ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ। ਕਹਿੰਦਾ ਤੁਹਾਡੇ ਮੁੰਡੇ ਨੇ ਕੀ ਕਿਹਾ ਸੀ? ਉਹ ਕਹਿੰਦਾ ਮੈਨੂੰ ਤੰਗ ਕਰ ਰਹੇ ਨੇ ਇਹ 2-3 ਮਹੀਨਿਆਂ ਦੇ, ਵੀ ਹੁਣ ਤਾਂ ਜ਼ਿਆਦਾ ਤੰਗ ਕਰਦੇ ਨੇ, ਹੁਣ ਬੇਸਾਬ ਹੈ। ਫਿਰ 31 ਤਰੀਕ ਨੂੰ ਕੀ ਹੋਇਆ? 31 ਤਰੀਕ ਨੂੰ ਜੀ ਉਹਨੂੰ ਬਸ ਮੈਨੂੰ ਤਾਂ ਐਂ ਲੱਗਦਾ ਉਹਦਾ ਗਲ ਘੁੱਟਿਆ ਜੀ ਇਹਨਾਂ ਨੇ। ਉਹਨਾਂ ਦੇ ਧੀਆਂ ਪੁੱਤਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਵੀ ਸਾਡੇ ਮਾਂ ਬਾਪ ਉੱਥੇ ਕੋਈ ਚੰਗੀ ਗੱਲ ਨਹੀਂ ਕਰਦੇ, ਸਾਡੇ ਬਾਪ ਨੇ ਕਿਸੇ ਦਾ ਘਰ ਜਾੜਤਾ, ਪਤਾ ਲੱਗੇ ਉਹਨਾਂ ਨੂੰ ਉਹਦੇ ਪੁੱਤਾਂ ਧੀਆਂ ਨੂੰ ਇਹ ਗੱਲ ਦਾ। ਮੇਰਾ ਮੁੰਡਾ ਹੈ ਜੀ ਬਲਜੀਤ ਸਿੰਘ, ਫੌਜੀ ਹੈ ਜੀ, ਉਹ ਕਹਿੰਦਾ ਮੈਨੂੰ ਤੰਗ ਕਰਦੇ ਨੇ, ਜੇ ਮੈਂ ਕਿਤੇ ਜਾਂਦਾ ਰੋਟੀ ਲੈਣ ਤਾਂ ਵੀ ਮੇਰੀ ਫੋਟੋ ਖਿੱਚਦੇ ਨੇ, ਜੇ ਮੈਂ ਦੇਖੀ ਕਿਧਰੇ ਵੀ ਜਾਵਾਂ ਮੇਰੇ ਮਗਰ ਲੱਗੇ ਹੋਏ ਨੇ ਵੀ ਮਿਲਟਰੀ ਵਾਲੇ ਬੰਦੇ, ਮਿਲਟਰੀ ਆ ਉਹ ਵੀ ਉਹਦੇ ਨਾਲੇ ਦੇ, ਉਹ ਵੀ ਮੇਰੇ ਨਾਲ ਘਟਨਾ 'ਚ ਉਹਦੇ ਨਾਲ ਚਾਰ ਪੰਜ ਮੁੰਡੇ ਜਿਹੜੇ ਉੱਥੇ ਡਿਊਟੀ ਦੇ ਸੀ ਉਹਨਾਂ ਨੇ ਮਾਰਤਾ ਉਹਨੂੰ। ਅੱਜ ਤੋਂ 2-3 ਮਹੀਨੇ ਪਹਿਲਾਂ ਉਹ ਥੋੜ੍ਹੀ ਥੋੜ੍ਹੀ ਗੱਲ ਕਰਦਾ ਸੀਗਾ, ਕਹਿੰਦਾ ਮੈਨੂੰ ਪਰੇਸ਼ਾਨ ਕਰਦੇ ਨੇ ਰਾਣੀ, ਮੈਨੂੰ ਪਰੇਸ਼ਾਨ ਕਰਦੇ ਨੇ। ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਥੋੜ੍ਹੀ ਮੋਟੀ ਗੱਲ ਤਾਂ ਹੁੰਦੀ ਰਹਿੰਦੀ ਹੈ ਕਿ ਆਮ ਜੁੰਟਾਂ 'ਚ। ਪਰ ਹੁਣ ਤਾਂ ਪਰਸੋਂ ਚੌਥੇ ਉਹਨੇ ਸੁਸਾਈਡ ਵੋਇਸ ਮੈਸੇਜ ਕਰਕੇ ਉਹਨੇ ਭੇਜਤਾ ਸੀ, ਕਹਿੰਦਾ ਇਹਨਾਂ ਨੂੰ ਛੱਡਿਓ ਨਾ, ਕਹਿੰਦਾ ਇਹਨਾਂ ਨੇ ਮੈਨੂੰ ਪਰਸੋਂ ਫੋਨ ਕਰਿਆ, ਕਹਿੰਦਾ ਰਾਣੀ ਤੜਕੇ ਉੱਠ ਕੇ, ਕਹਿੰਦਾ ਰਾਣੀ ਮਗਰ ਰਾਤ, ਕਹਿੰਦਾ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ। ਕਹਿੰਦਾ ਮਾਂ ਕਿਉਂ, ਕਾਹਤੋਂ ਮਾਰ ਦੇਣਾ ਸੀ? ਕਹਿੰਦਾ ਸਾਰੀ ਰਾਤ, ਕਹਿੰਦਾ ਮੇਰੇ ਪਿੱਛੇ ਫਿਰੀ ਗਏ, ਕਹਿੰਦਾ 9 ਵਜੇ, ਕਹਿੰਦਾ ਉਹਨਾਂ ਨੇ ਮੈਨੂੰ 9 ਲਗਾਏ ਨੇ, ਉਹਨਾਂ ਨੇ ਮੈਨੂੰ ਸਾਰਿਆਂ ਦੇ, ਉਹਨਾਂ ਨੇ ਸਾਰਿਆਂ ਦੇ 9 ਲਗਾਏ ਨੇ ਮੈਨੂੰ। ਮੰਗ ਕੀ ਕਰਦੇ ਹੋ ਤੁਸੀਂ? ਮੈਂ ਤਾਂ ਮੰਗ ਇਹੀ ਕਰਦੇ ਵੀ ਜਿਵੇਂ ਮੇਰੇ ਘਰ ਵਾਲੇ ਨਾਲ ਬਣਿਆ ਨਾ, ਉਹ ਵੀ ਉਹਨਾਂ ਨਾਲ ਬਣੇ, ਉਹਨਾਂ ਦੇ ਧੀਆਂ ਪੁੱਤਾਂ ਨੂੰ ਪਤਾ ਲੱਗੇ ਵੀ ਸਾਡੇ ਮਾਂ ਬਾਪ ਉੱਥੇ ਡਿਊਟੀ ਨਹੀਂ ਕਰਦੇ, ਲੋਕਾਂ ਦੇ ਘਰ ਜਾੜ ਰਹੇ ਨੇ ਬੈਠ ਕੇ, ਉਹਨਾਂ ਦੇ ਧੀਆਂ ਪੁੱਤਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਵੀ ਸਾਡੇ ਮਾਂ ਬਾਪ ਉੱਥੇ ਕੋਈ ਚੰਗੀ ਗੱਲ ਨਹੀਂ ਕਰਦੇ, ਸਾਡੇ ਬਾਪ ਨੇ ਕਿਸੇ ਦਾ ਘਰ ਜਾੜਤਾ, ਪਤਾ ਲੱਗੇ ਉਹਨਾਂ ਨੂੰ ਉਹਦੇ ਪੁੱਤਾਂ ਧੀਆਂ ਨੂੰ ਇਹ ਗੱਲ ਦਾ। ਔਰ ਮੈਨੂੰ ਇਨਸਾਫ ਮਿਲੇ ਇਸ ਚੀਜ਼ ਤੋਂ ਮੈਨੂੰ ਇਨਸਾਫ ਮਿਲੇ। ਉਹਨਾਂ ਨੇ ਤਾਂ ਜਿੱਥੇ ਉਹ ਮਾੜਾ ਜਿਹਾ ਉਰਾਂ ਪਰਾਂ ਜਾਂਦਾ ਉਹਦੀ ਰਿਕਾਰਡਿੰਗ, ਕੋਈ ਭਾਂਡਾ ਲਿਆਉਂਦਾ ਤਾਂ ਕਹਿੰਦਾ ਤਾਂ ਮੁਸਲਮਾਨ ਵਾਲੇ ਨੇ ਉਹਦਾ ਹਰਿਮੰਦਰ ਸਾਹਿਬ ਤੋਂ ਭਾਂਡੇ ਲਿਆਏ ਆ ਉਹ। ਮੈਨੂੰ ਉਹਨੇ ਆਉਣ ਸਾਰ ਦੱਸਿਆ, ਕਹਿੰਦਾ ਰਾਣੀ ਮੈਂ ਹਜੇ ਹਫ਼ਤੇ ਹਰਿਮੰਦਰ ਸਾਹਿਬ ਗਿਆ ਸੀ, ਕਹਿੰਦਾ ਮੰਗਾ ਫੇਰ, ਕਹਿੰਦਾ ਮੈਂ ਭਾਂਡੇ ਲਿਆਇਆ, ਕਹਿੰਦਾ ਮੈਨੂੰ ਆਉਣ ਸਾਰ ਕਹਿੰਦੇ ਨੇ ਅੱਗੇ ਤਾਂ ਭਾਂਡੇ ਮੁਸਲਮਾਨਾਂ ਦੇ ਹੁੰਦੇ ਨੇ, ਕਹਿੰਦਾ ਮੈਂ ਕਿਹਾ ਮੈਂ ਤਾਂ ਹਰਿਮੰਦਰ ਸਾਹਿਬ ਤੋਂ ਲਿਆਇਆ ਗਾ, ਕਹਿੰਦਾ ਮੈਂ ਆਖਿਆ ਵੀ ਤੁਹਾਨੂੰ ਬੜਾ ਪਤਾ ਹੈਗਾ ਜਾਤੀ ਪਾਤੀ ਬਾਰੇ, ਕਹਿੰਦਾ ਕਿ ਜਿਹੜੇ ਭਾਂਡੇ 'ਚ ਤੂੰ ਖਾਂਦਾ 'ਚ ਤਾਂ ਮੁਸਲਮਾਨ ਖਾਂਦੇ ਨੇ, 'ਚ ਤਾਂ ਇੰਨੀਆਂ ਜਿਹੀਆਂ ਗੱਲਾਂ ਕਰਦੇ ਸੀ ਜੀ, ਉਹ ਬਸ ਜਾਤੀਬਾਜ਼ੀ ਕਰਦੇ ਸੀ ਉਹਦੇ ਨਾਲ। ਮੇਰਾ ਨਾਮ ਮਹਿੰਦਰ ਸਿੰਘ ਹੈ ਜੀ। ਇਹ ਘਟਨਾ ਵਾਪਰੀ ਹੈ ਜੀ, ਉਹ ਇਹਨੂੰ ਤੰਗ 2-3 ਮਹੀਨਿਆਂ ਤੋਂ ਕਰਦੇ ਹਨ। ਇੱਕ ਤਾਂ ਬਲਜੀਤ ਸਿੰਘ ਨੂੰ, ਬਲਜੀਤ ਸਿੰਘ ਕੌਣ ਨੇ? ਮੇਰਾ ਮੁੰਡਾ ਹੈ ਜੀ ਬਲਜੀਤ ਸਿੰਘ, ਫੌਜੀ ਹੈ ਜੀ, ਕਿੱਥੇ ਉਹਦੀ ਡਿਊਟੀ? ਦਿੱਲੀ ਹੈ ਜੀ। ਅੱਛਾ, ਹਾਂਜੀ, ਉਹਦੀ ਡਿਊਟੀ ਦਿੱਲੀ ਹੈ ਜੀ। ਉਹ ਕਹਿੰਦਾ ਮੈਨੂੰ ਤੰਗ ਕਰਦੇ ਨੇ, ਜੇ ਮੈਂ ਕਿਤੇ ਜਾਂਦਾ ਰੋਟੀ ਲੈਣ ਤਾਂ ਵੀ ਮੇਰੀ ਫੋਟੋ ਖਿੱਚਦੇ ਨੇ, ਜੇ ਮੈਂ ਦੇਖੀ ਕਿਧਰੇ ਵੀ ਜਾਵਾਂ ਮੇਰੇ ਮਗਰ ਲੱਗੇ ਹੋਏ ਨੇ ਵੀ ਮਿਲਟਰੀ ਵਾਲੇ ਬੰਦੇ, ਮਿਲਟਰੀ ਆ ਉਹ ਵੀ ਉਹਦੇ ਨਾਲੇ ਦੇ, ਉਹ ਵੀ ਨੌ ਬੋਲੋ ਉਹਨਾਂ ਦੇ, ਉਹਨਾਂ ਦੇ ਨੌ ਹੈਗੇ ਜੀ, ਇੱਕ ਟੀਕੇ ਨਾਥ ਰਣਜੀਤ ਸਿੰਘ,
नरेश कुमार अमेश जादव मेनू तंग कर रहे ने दो तीन महीनिया भी हूं तो ज्यादा तंग कर दे बेसाब कत्ती तरीक नी हो कत्ती तरीक नी ओनू बस ਮੈਨੂੰ ਤਾਂ ਐਂ ਲੱਗਦਾ ਉਹਦਾ ਗਾਲ ਘੁੱਟਿਆ ਜੀ ਇਹਨਾਂ ਨੇ ਤੁਹਾਨੂੰ ਫੋਨ ਆਇਆ ਉੱਥੇ ਜਾਂ ਕੀ ਸਾਨੂੰ ਫੋਨ ਮੇਰੇ ਪੋਤੇ ਨੂੰ ਮੈਂ ਤਾਂ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਤੜਕੇ 6 ਵਜੇ ਅਰਦਾਸ ਕਰਾ ਰਿਹਾ ਸੀ ਉਹਦੇ ਨਾਂ 'ਤੇ ਜਦ ਉਹਨੂੰ ਫੋਨ ਆਇਆ ਵੀ ਉਹਦੀ ਡੈ ਉਹ ਹੋ ਗਿਆ ਅਟੈਕ ਹੋ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਅੱਛਾ ਕੀ ਸ਼ੱਕ ਲੱਗ ਰਿਹਾ ਸਾਨੂੰ ਤਾਂ ਐਂ ਵੀ ਉਹਨਾਂ ਨੇ ਗਾਲ ਘੁੱਟਿਆ ਜੀ बाहर नौकरी करदा थी इन्होंने मारता जी गल घुट के मारता बस यही बयान है मेरे बच्चे नाल जी केस होण लग गया जिहड़े उत्थे हैगे ते बंदे रखे हुए बइए बुइए जिहड़े ड्यूटी ते रखे हुए थे ओह भी फौजी सी साडे ओह भी सारे फौजी ओह मेरे बच्चे नाल केस लागे करन ओह जी मैनू रोज़ फोन करिया करे मेरा बच्चा मैनू कहदा करे बीबी मेरे मगर लग रहे ने मम्मिया मेरे मगर लग रहे ने तू आए तां देख ला मैं आख्या करा कोई नहीं हट जाएंगे तू अफसर दे फेस हो जा अफसर दे वो नहीं फेस होया वो फिर मैं कहा उन्हों भी तू आपदा तू पाछा बट ला पाछा भी मैं आख्या छुट्टी आ जा छुट्टी 3 तरीक की पढ़ाई हुई है जाके देख लो 3 तरीक नू मेरे पुत ने छुट्टी आना थी मेरे पुत नू 3 तरीक तो पहली भेजता प्रशासन तो की मांग करदे हो सरकार तो सरकार चो जी यही इंसाफ होना चाहिए सही इंसाफ होना चाहिए जिवे मेरा बेटा मारिया मैं तड़फाइया कला मेरे बेटा थी ਇਤਰੀ ਤੜਫਾ ਦੋ ਅੱਛਾ ਤੇ ਬਲਜੀਤ ਸਿੰਘ ਮੇਰਾ ਸਾਲਾ ਸੀ ਤੇ ਉਹਨਾਂ ਨੇ ਆਪਣੀ ਵਾਈਫ ਨੂੰ ਫੋਨ ਕਰਿਆ ਉਹ ਕੀ ਕਰਦੇ ਸੀ ਬਲਜੀਤ ਸਿੰਘ ਬਲਜੀਤ ਸਿੰਘ DHC 'ਚ ਨੌਕਰੀ ਕਰਦੇ ਸੀ ਕਿੱਥੇ ਜਿਨ੍ਹਾਂ ਦੀ ਦਿੱਲੀ 'ਚ ਜਿਨ੍ਹਾਂ ਦੀ ਡਿਊਟੀ ਇੰਡੀਆ ਗੇਟ 'ਤੇ ਸੀ ਅਤੇ ਫਿਰ ਉਹ 30 ਤਰੀਕ ਨੂੰ ਉਹਨਾਂ ਨੂੰ ਪੋਸਟਡ ਕਰ ਦਿੱਤਾ ਗਿਆ ਪੋਸਟ 'ਤੇ ਅਤੇ ਚਾਰ ਜਵਾਨ ਉਹਦੇ ਨਾਲ ਦੇ ਡਿਊਟੀ ਵਾਲੇ ਉਹਨੂੰ ਮਾਇੰਡਲੀ ਤੌਰ 'ਤੇ ਬਹੁਤ ਜ਼ਿਆਦਾ ਡਿਸਟਰਬ ਕਰ ਰਹੇ ਸੀ ਕਿਉਂ ਉਹ ਜਾਤੀ ਪਾਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਯਾਨੀ ਕਿ ਮਾਇੰਡਲੀ ਟੈਂਸ਼ਨ ਦੇ ਰੱਖਿਆ ਸੀ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ TS ਨਾਥ ਰਣਜੀਤ ਸਿੰਘ ਨਰੇਸ਼ ਕੁਮਾਰ ਰਮੇਸ਼ ਯਾਦਵ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਤਾਂ ਕਰ ਰਹੇ ਨੇ ਜੀ ਉਹਨਾਂ ਕਿਉਂਕਿ ਮੇਰੇ ਸਾਲੇ ਨੇ ਆਪਣੇ ਘਰ ਫੋਨ ਕਰਿਆ ਸੀ ਆਪਣੀ ਵਾਈਫ ਨੂੰ ਫੋਨ ਕੀਤਾ ਜਿਸ ਦੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਜਿਸ ਵਿੱਚ ਬਿਆਨ ਦੇ ਰਿਹਾ ਉਹ ਕਿ ਮੈਨੂੰ ਇਹ 4 ਜਵਾਨ
बहुत ही ज़्यादा तंग कर रहे हैं। जे कोई भी घटना वापरती है तो इस घटना की जिम्मेवार ये चारों ही जवान होंगे। अच्छा फिर असी फोन आया साढ़े को कल मॉर्निंग टाइम से फोन आने तो बाद मैं उन्होंने कंपनी कमांडर साहब ने गल करी तो मैंने उन्होंने पूछया भाई बलजीत सिंह की कंडीशन की है। वो कहते जी वो तो डैथ हो गई उन्होंने मैं रीजन उन्होंने कोई रीजन का जवाब दिता मैं कारण कहते अटैक होया जी उन्होंने मैं जी अटैक होया तो उदो पहला हॉस्पिटल एडमिट क्यों नहीं कराया जे एडमिट कराया तो साढ़े कॉल क्यों नहीं आया। जो भी कोई आर्मी परसनल एडमिट होंगे पहला वो वाइफ न तुरंत कॉल कराया जाता गा भाई छोटा ये मरीज साढ़े को एडमिट हो गया है तो उसकी कंडीशन की रिपोर्ट मिलती रहती है। सानू कोई इनफॉर्मेशन नहीं मिली सिर्फ साढ़े को इन्ना मैसेज आया कि उन्होंने डैथ हो गई अटैक हो गया उन्होंने लेकिन सानू डाउट आ सानू शक है जो क्योंकि मेरे साले उन्हां चार जवानों ने गला घोट के मारिया सानू इस चीज़ का असी फिर कल दिल्ली गए दिल्ली जाके असी ने सानू कोई भी उदी को जुंट का अफसर नहीं मिलिया जो कि पोस्टमार्टम के दौरान आर्मी का ऑर्डर आ पर अफसर प्रजेंट होना चाहिए ना ही कोई जीसीओ आया जिस करके सानू पूरा डाउट हो रहा कि यह मिल जुल के इन्होंने ये वारदात को अंजाम दिता है। असं फिर दिल्ली पुलिस जाके कंप्लेन उसकी वाइफ वालों कंप्लेन करके आए हैं वो कहते सुनो ऑनलाइन कंप्लेन है कि दो चार दिन बाद फीडबैक मिलेगी जरूर जो सही कार्रवाई होगी जो भी होगा उन्होंने सजा दी जाऊगी। मंग प्रशासन से असं यही मांग करते हैं कि सानू इंसाफ मिलना चाहिए। बिल्कुल सच ज्योतिष एक विद्या एक साइंस। एस्ट्रोलॉजर बाबा धर्मिंदर जी जी दा सारी दुनिया नु खुला चैलेंज कि तुसी जिंदगी दी किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मन चाहिया प्यार नहीं मिल रहा कि तुसी लाउणा चाहुंदे हो लॉटरी दा सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन दी कमी बीमारी तो परेशानी घर बैठे बिठाए ही किया जाएगा तुहाडी समस्या दा समाधान फीस कम होण तो बाद। इन्हां सारियां समस्यावां दे पक्के हल्ले एक बार जरूर मिलो एस्ट्रोलॉजर बाबा धर्मिंदर जी जी नूं जो करदे ने मुफ्त सेवा मुफ्त समाधान।